ਅਕਸਰ ਅਸੀਂ ਵੇਖਦੇ ਹਾਂ ਕਿ ਨੌਜਵਾਨ ਪੜ੍ਹ ਲਿਖ ਕੇ ਪੈਸੇ ਕਮਾਉਣ ਦੇ ਲਈ ਵਿਦੇਸ਼ ਦਾ ਰੁਖ ਕਰਦੇ ਨੇ ਤਾਂ ਜੋ ਆਪਣਾ ਚੰਗਾ ਭਵਿੱਖ ਬਣਾ ਸਕਣ। ਪਰ ਬਟਾਲੇ ਦੇ ਨੌਜਵਾਨ ਨੇ ਪੜ੍ਹ ਲਿਖ ਕੇ ਵਿਦੇਸ਼ ਦਾ ਰੁਖ ਨਹੀਂ ਕੀਤਾ, ਸਗੋਂ ਵਿਦੇਸ਼ ਤੇ ਕਾਰੋਬਾਰ ਦੀ ਨਕਲ ਕਰਕੇ ਜਿੱਥੇ ਮਾਂ ਬਾਪ ਦੀ ਸ਼ਾਨ ਵਧਾਈ ਹੈ ਤਾਂ ਉੱਥੇ ਹੀ ਬਟਾਲੇ ਸ਼ਹਿਰ ਦਾ ਨਾਂ ਵੀ ਰੋਸ਼ਨ ਕੀਤਾ ਹੈ। ਤੁਸੀਂ ਸਕਰੀਨ ਤੇ ਜੋ ਤਸਵੀਰਾਂ ਵੇਖ ਰਹੇ ਹੋ ਇਹ ਚਲਦੇ ਫਿਰਦੇ ਰੈਸਟੋਰੈਂਟ ਦੀਆਂ ਤਸਵੀਰਾਂ ਨੇ ਜਿਸ ਨੂੰ ਇੱਕ ਛੋਟਾ ਟਿੱਪਰ ਖਰੀਦ ਕੇ ਬਣਾਇਆ ਗਿਆ। ਇਸ ਉੱਪਰ ਛੱਤ ਪਾ ਕੇ ਗਾਹਕਾਂ ਦੇ ਲਈ ਵਧੀਆ ਬੈਠਣ ਦੇ ਲਈ ਜੁਗਾੜ ਕੀਤਾ ਗਿਆ ਤੇ ਲੋਕ ਇਸ ਨੂੰ ਦੂਰੋਂ ਦੂਰੋਂ ਆ ਕੇ ਵੇਖ ਰਹੇ ਨੇ। ਇਹ ਸਭ ਕਰ ਦਿਖਾਇਆ ਹੋਟਲ ਮੈਨੇਜਮੈਂਟ ਕਰਕੇ ਬਟਾਲਾ ਦੇ ਪਿੰਡ ਨਿਨੋਹਾਰ ਦੇ ਰਹਿਣ ਵਾਲੇ ਸਤੀਸ਼ ਮਸੀਹ ਨੇ। ਸਤੀਸ਼ ਨੇ ਦੱਸਿਆ ਕਿ ਉਸਦਾ ਬਾਪ ਦਿਹਾੜੀ ਕਰਦਾ ਸੀ ਤੇ ਬਾਪ ਦਾ ਸੁਪਨਾ ਸੀ ਕਿ ਮੈਂ ਪੜ੍ਹਾਂ ਤੇ ਕਾਮਯਾਬੀ ਹਾਸਲ ਕਰਾਂ ਤੇ ਮੇਰੇ ਵੱਲੋਂ ਵੀ ਦਿਲ ਲਾ ਕੇ ਪੜ੍ਹਾਈ ਕੀਤੀ ਗਈ ਜਿਸ ਦਾ ਨਤੀਜਾ ਅੱਜ ਸਭ ਦੇਖ ਰਹੇ ਨੇ। ਉਸਨੇ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਉਹ ਅਲੱਗ ਅਲੱਗ ਹੋਟਲਾਂ ਦੇ ਵਿੱਚ ਕੰਮ ਵੀ ਕਰਦਾ ਰਿਹਾ। ਫਿਰ ਉਸਦੇ ਮਨ ਵਿੱਚ ਸ਼ੌਂਕ ਪਿਆ ਕਿ ਹੋਟਲ ਮੈਨੇਜਮੈਂਟ ਕਰਨਾ ਚਾਹੀਦਾ, ਜਿਸ ਤੋਂ ਬਾਅਦ ਹੋਟਲ ਮੈਨੇਜਮੈਂਟ ਦੀ ਪੜ੍ਹਾਈ ਕੀਤੀ ਤੇ ਪੜ੍ਹਾਈ ਤੋਂ ਬਾਅਦ ਮੈਨੇਜਰ ਦੀ ਨੌਕਰੀ ਵੀ ਕੀਤੀ ਤੇ ਅੱਜ ਵੀ ਕਰ ਹੈ। ਉਸ ਤੋਂ ਬਾਅਦ ਹੌਲੀ ਹੌਲੀ ਪਰਮਾਤਮਾ ਨੇ ਸਾਥ ਦਿੱਤਾ ਤੇ ਸੋਸ਼ਲ ਮੀਡੀਆ ਤੇ ਇੱਕ ਵਿਦੇਸ਼ੀ ਤਰੀਕੇ ਦੀ ਵੀਡੀਓ ਵੇਖੀ, ਜਿਸ ਤੋਂ ਬਾਅਦ ਇੱਕ ਸਾਲ ਦੀ ਮਿਹਨਤ ਤੋਂ ਬਾਅਦ ਅੱਜ ਉਸ ਕਨਸੈਪਟ ਨੂੰ ਤਿਆਰ ਕਰਕੇ ਬਟਾਲੇ ਵਿੱਚ ਖੜਾ ਕੀਤਾ ਤੇ ਲੋਕਾਂ ਦਾ ਚੰਗਾ ਹੁੰਗਾਰਾ ਵੀ ਮਿਲ ਰਿਹਾ। ਸਤੀਸ਼ ਨੇ ਕਿਹਾ ਕਿ ਅਸੀਂ ਪੜ੍ਹ ਲਿਖ ਕੇ ਵਿਦੇਸ਼ ਦਾ ਰੁੱਖ ਕਰਦੇ ਹਾਂ, ਆਪਣੇ ਕੀਮਤੀ ਮਾਂ ਬਾਪ ਨੂੰ ਛੱਡ ਕੇ ਸਿਰਫ ਪੈਸੇ ਕਮਾਉਣ ਉੱਥੇ ਜਾਂਦੇ ਹਾਂ। ਜੇਕਰ ਅਸੀਂ ਮਿਹਨਤ ਤੇ ਇਮਾਨਦਾਰੀ ਨਾਲ ਦੇਸ਼ ਵਿੱਚ ਹੀ ਕੰਮ ਕਰੀਏ ਤੇ ਪੈਸੇ ਕਮਾ ਸਕਦੇ ਹਾਂ। ਇਹ ਜਿਹੜਾ ਮੈਂ ਲੈ ਕੇ ਆਇਆ ਕਨਸੈਪਟ ਜਿਹੜਾ ਲੈ ਕੇ ਆਇਆ ਬਟਾਲੇ ਦੇ ਵਿੱਚ, ਇੱਕ ਮੇਰਾ ਡ੍ਰੀਮ ਵੀ ਸੀਗਾ ਔਰ ਇਹਦੇ ਪਿੱਛੇ ਬਹੁਤ ਸਟਰੈਗਲ ਵੀ ਹੈ। ਅੱਜ ਦੀ ਦੁਨੀਆ ਜਿਹੜੀ ਆ ਉਹ ਸਟੋਰੀਜ਼ ਦੇਖਦੀ ਆ, ਗਲੋਰੀਜ਼ ਦੇਖਦੀ ਆ, ਸਟੋਰੀ ਕਦੀ ਨਹੀਂ ਦੇਖਦੀ। ਮੈਂ ਹਮੇਸ਼ਾ ਹੀ ਐਕਸਪਲੇਨ ਕਰਦਾ ਕਿੱਥੇ ਵੀ ਜਾਵਾਂ ਜਿੱਥੇ ਵੀ ਪਹੁੰਚਾਂ ਔਰ ਮੈਂ ਆਪਣੀ ਟੈਸਟਮਨੀ ਯੂਰ ਸ਼ੇਅਰ ਕਰਦਾ ਵੀ ਯਾਰ ਇਨਸਾਨ ਦੀ ਗਲੋਰੀ ਤੁਸੀਂ ਦੇਖਦੇ ਹੋ ਕਿਤੇ ਸਟੋਰੀ ਵੀ ਚੈੱਕ ਕਰਿਆ ਕਰੋ। ਔਰ ਇਹਦੇ ਪਿੱਛੇ ਹੁਣ ਮੈਂ ਆਪਣੀ ਗਲੋਰੀ ਤਾਂ ਤੁਸੀਂ ਦੇਖ ਚੁੱਕੇ, ਹੁਣ ਸਟੋਰੀ ਦਾ ਸੁਣੋ ਤੁਸੀਂ। ਸਟੋਰੀ ਇਸ ਤਰੀਕੇ ਦੀ ਸੀਗੀ ਵੀ ਸਾਡੇ ਡੈਡ ਜਿਹੜੇ ਸੀਗੇ ਉਹ ਇੱਕ ਰਾਜ ਮਿਸਤਰੀ ਸੀਗੇ, ਠੀਕ ਹੈ ਜੀ, ਔਰ ਉਹਨਾਂ ਨੇ ਬਹੁਤ ਹਾਰਡ ਵਰਕ ਕੀਤਾ ਸਾਡੇ ਲਈ ਔਰ ਜਦੋਂ ਉਹ ਮਿਹਨਤ ਕਰਨ ਜਾਂਦੇ ਸੀਗੇ ਤਾਂ ਸਾਡਾ ਦਿਲ ਵੀ ਸਾਡਾ ਰੋਂਦਾ ਸੀਗਾ ਵੀ ਸਾਡੇ ਫਾਦਰ ਸਾਹਿਬ ਇੰਨੇ ਹਾਰਡ ਵਰਕ ਕਰਕੇ ਸਾਨੂੰ ਸਟੱਡੀ ਕਰਵਾ ਰਹੇ ਨੇ। ਪਲੱਸ ਟੂ ਤੋਂ ਬਾਅਦ ਅਸੀਂ ਥੋੜ੍ਹੇ ਹੋਸ਼ ਸੰਭਾਲਿਆ ਆਪਣਾ ਔਰ ਫਾਦਰ ਸਾਹਿਬ ਨਾਲ ਮਜ਼ਦੂਰੀ ਕੀਤੀ, ਉਸ ਤੋਂ ਬਾਅਦ ਬਟਾਲੇ ਵਿੱਚ ਆਏ। ਬਟਾਲੇ ਵਿੱਚ ਸਾਨੂੰ ਇੱਕ ਕੋਈ ਲੋਕਲ ਜਿਹੜੇ ਕੈਪਟਨਸ ਹੁੰਦੇ ਸੀ ਵੇਟਰ ਦਾ ਕੰਮ ਕਰਦੇ, ਵੇਟਰ ਲਾਈਨ 'ਚ ਲੈ ਕੇ ਆਏ। ਵੇਟਰ ਲਾਈਨ 'ਚ ਜਦੋਂ ਮੈਂ ਆਇਆ ਸੀਗਾ ਵੇਟਰ ਲਾਈਨ ਤੋਂ ਬਾਅਦ ਮੈਂ ਦੇਖਿਆ ਵੀ ਮੈਨੇਜਰ ਦੀ ਸਟੈਂਡਰਡ ਐਟੀਟਿਊਡ ਨੂੰ ਦੇਖਿਆ ਔਰ ਕੈਟਰਸ ਨੂੰ ਦੇਖਿਆ ਵੀ ਕਿਸ ਤਰ੍ਹਾਂ ਕੰਮ ਕਰਦੇ ਨੇ। ਉਸ ਤੋਂ ਬਾਅਦ ਮੈਂ ਆਪਣੇ ਮਨ ਦੇ ਵਿੱਚ ਠਾਣ ਲਿਆ ਵੀ ਯਾਰ ਮੈਂ ਇਸ ਲਾਈਨ ਦੀ ਡਿਗਰੀ ਕਰਨੀ ਹੈ। ਮਨ 'ਚ ਠਾਣ ਲਿਆ, ਪਰ ਮੈਂ ਜਦੋਂ ਘਰ ਵਿੱਚ ਗਿਆ ਤਾਂ ਘਰ ਦੀਆਂ ਜੋ ਫਾਈਨੈਂਸ਼ਲੀ ਕੰਡੀਸ਼ਨਸ ਨੇ ਉਹ ਮੈਂ ਦੇਖ ਕੇ ਆਪਣੇ ਫਾਦਰ ਸਾਹਿਬ ਨੂੰ ਐਕਸਪਲੇਨ ਨਹੀਂ ਕਰ ਪਾਇਆ। ਪਰ ਜਦੋਂ ਪਲੱਸ ਟੂ ਤੋਂ ਬਾਅਦ ਮੇਰੇ ਫਾਦਰ ਸਾਹਿਬ ਨੇ ਖੁਦ ਹੀ ਪੁੱਛ ਲਿਆ, ਪੁੱਤ ਉਸ ਤੋਂ ਬਾਅਦ ਤੂੰ ਕਰਨਾ ਕੀ ਚਾਹੁੰਦਾ ਹੈ? ਮੈਂ ਕਿਹਾ ਡੈਡ ਛੱਡੋ ਯਾਰ, ਅਸੀਂ ਸਟੱਡੀ ਕਰਨੀ ਨਹੀਂ ਅੱਗੇ ਕਿਉਂਕਿ ਸਾਡੇ ਕੋਈ ਨਹੀਂ ਇਕਾਤ ਹੈਸ਼ੀਅਤ ਨਹੀਂ ਹੈ ਵੀ ਆਪਾਂ ਡਿਗਰੀਆਂ ਕਰ ਸਕੀਏ। ਫਿਰ ਫਾਦਰ ਸਾਹਿਬ ਨੇ ਕਿਹਾ ਪੁੱਤ ਤੂੰ ਦੱਸ ਸਹੀ ਕਰਨਾ ਕੀ ਚਾਹੁੰਦਾ? ਮੈਂ ਕਿਹਾ ਮੈਂ ਇਸ ਲਾਈਨ ਦੀ ਮਾਸਟਰ ਡਿਗਰੀ ਕਰਨਾ ਚਾਹੁੰਦਾ। ਮੇਰੇ ਫਾਦਰ ਸਾਹਿਬ ਨੇ ਰਾਤੋਂ ਰਾਤ ਪੈਸਿਆਂ ਦਾ ਇੰਤਜ਼ਾਮ ਕੀਤਾ, ਐਡਮਿਸ਼ਨ ਦਿਲਾਈ, ਸਾਰੇ ਇੰਤਜ਼ਾਮ ਕੀਤੇ। ਉਸ ਤੋਂ ਬਾਅਦ ਹੌਲੀ 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 ਸਟੈਪ ਬਾਈ ਸਟੈਪ ਮੈਂ ਡਿਗਰੀ ਕਰਕੇ ਬਟਾਲੇ ਦੇ ਵਿੱਚ ਮੈਨੂੰ ਤੁਰੰਤ ਇਮੀਡੀਏਟਲੀ ਮੈਨੇਜਰ ਦੀ ਪੋਸਟ ਮਿਲੀ। ਹੌਲੀ ਫਿਰ ਉਸ ਤੋਂ ਬਾਅਦ ਕੈਟਰਿੰਗ ਦਾ ਬਿਜ਼ਨਸ ਸ਼ੁਰੂ ਕੀਤਾ। ਕੈਟਰਿੰਗ ਦੇ ਬਿਜ਼ਨਸ ਤੋਂ ਬਾਅਦ ਆਪਣੇ ਸਿਰ ਦੇ ਵਿੱਚ ਆਪਣੇ ਸਿਰ 'ਤੇ ਆਪਣੀ ਹੱਥਾਂ ਦੀ ਕਮਾਈ ਦੇ ਉਸ ਮਾਂ ਬਾਪ ਦੀ ਸਿੱਖਿਆ ਲੈ ਕੇ ਉਸ ਪਰਮੇਸ਼ੁਰ ਦਾ ਓਟ ਆਸਰਾ ਲੈ ਕੇ ਫਿਰ ਮੈਂ ਇਸ ਜਰਨੀ ਨੂੰ ਆਪਣਾ ਪੂਰਾ ਕਰਨਾ ਸ਼ੁਰੂ ਕਰ ਦਿੱਤਾ। ਇਸ ਸਫਲਤਾ ਨੂੰ ਮਨ ਦੇ ਵਿੱਚ ਠਾਣ ਲਿਆ ਵੀ ਮੈਂ ਸਫਲਤਾ ਪਾਣੀ ਹੈ। ਉਸ ਤੋਂ ਬਾਅਦ ਮੈਂ ਇਸ ਜਗ੍ਹਾ 'ਤੇ ਇਸ ਬਟਾਲੇ ਦੇ ਵਿੱਚ ਆਪਣਾ ਘਰ ਬਣਾਇਆ, ਆਪਣੀਆਂ ਗੱਡੀਆਂ ਲਈਆਂ ਔਰ ਸਭ ਕੁਝ ਅਵੇਲੇਬਲ ਹੈ ਔਰ ਇਸ ਪਰਮੇਸ਼ੁਰ ਦੀ ਕਿਰਪਾ ਉਹਦੇ ਓਟ ਆਸਰੇ ਦੇ ਨਾਲ ਔਰ ਆਪਣੇ ਮਾਂ ਬਾਪ ਦਾ ਉਹ ਦੇਖ ਕੇ ਹਿਰਦਾ ਉਹ ਕੰਮ ਦੇਖ ਕੇ ਅੱਜ ਉਹ ਮਾਣ ਮਹਿਸੂਸ ਕਰਦੇ ਨੇ ਵੀ ਵਾਕਿਆ ਯਾਰ ਸਾਡੇ ਬੱਚੇ ਕੁਝ ਬਣ ਗਏ ਨੇ। ਇਹ ਦਿਲ ਨੂੰ ਤਸੱਲੀ ਹੁੰਦੀ ਹੈ। ਔਰ ਮੈਂ ਹੁਣ ਅੱਜ ਦੀ ਡੇਟ 'ਚ ਤੁਸੀਂ ਦੇਖਦੇ ਹੋ, ਅੱਜ ਦੀ ਡੇਟ ਤੋਂ ਜਿੱਦਾਂ ਮੈਂ ਪਲੱਸ ਟੂ ਕੀਤੀ ਉਸ ਟਾਈਮ ਇੰਨਾ ਟ੍ਰੈਂਡ ਨਹੀਂ ਸੀਗਾ, ਜਿਹਨੂੰ ਲਾ ਲਓ ਬਾਹਰ ਜਾਣ ਦਾ ਇੰਨਾ ਕਰੇਜ਼ ਨਹੀਂ ਸੀਗਾ। ਹੁਣ ਦੇ ਇੱਕ ਇੱਕ ਜਨ ਨੂੰ ਪੁੱਛ ਲਓ ਜਿਹੜਾ ਪਲੱਸ ਟੂ ਕਰਦਾ ਜਾਂ 8ਵੀਂ 'ਚ ਵੀ ਆ, ਉਹ ਵੀ ਕਹਿੰਦਾ ਮੈਂ ਪਲੱਸ ਟੂ ਤੋਂ ਬਾਅਦ ਬਾਹਰ ਹੀ ਜਾਣਾ, ਮੈਂ ਇੱਥੇ ਰਹਿਣਾ ਨਹੀਂ, ਮੈਂ ਨੌਕਰੀ ਨਹੀਂ ਕਰਨੀ। ਪਰ ਮੈਂ ਇਹ ਦੱਸਣਾ ਚਾਹੁੰਦਾ ਵੀ ਯਾਰ ਬਾਹਰ ਸਭ ਕੁਝ ਨਹੀਂ ਹੈਗਾ। ਤੁਸੀਂ ਆਪਣੇ ਮਾਂ ਬਾਪ ਛੱਡ ਕੇ ਜਾਂਦੇ ਜਿਹੜੇ ਕਰੋੜਾਂ ਦੇ ਨੇ, ਅਰਬਾਂ ਦੇ, ਉਹਨਾਂ ਦੀ ਕੀਮਤ ਵੀ ਨਹੀਂ ਹੈਗੀ ਤੁਸੀਂ ਅਦਾ ਕਰ ਸਕਦੇ। ਉਹਨਾਂ ਨੂੰ ਤੁਸੀਂ ਛੱਡ ਕੇ ਚਲੇ ਜਾਂਦੇ ਹੋ ਰੁਪਈਆ 2-2.5 ਲੱਖ ਕਮਾਉਣ ਦੇ ਚੱਕਰ 'ਚ, ਵੀ ਅਸੀਂ 2-2.5 ਲੱਖ ਕਮਾ ਲਾਂਗੇ ਆਪਣਾ ਲਾਈਫ ਸਟਾਈਲ ਬਣਾਉਣ ਦੇ ਚੱਕਰ 'ਚ। ਮੈਂ ਇਹ ਅਪੀਲ ਕਰਦਾ ਯਾਰ ਸਭ ਕੁਝ ਇਸ ਜਗ੍ਹਾ 'ਤੇ ਹੈਗਾ, ਅਸੀਂ ਵੀ ਸਟਰੈਗਲ ਕੀਤਾ ਇੱਥੋਂ ਤੱਕ ਪਹੁੰਚੇ ਹਾਂ,
अज मालिक की कृपा ना सब कुछ हैगा। जिहड़ा फॉरन वाले बंदे को भावे 5 साल तो 10 साल तो काम कर रहे हैं, असी भी इतने जगह पर काम कर रहे हैं, पर साडा लैवल इको ही आ। ठीक है जी, मैं यही अपील करना चाहुंदा भी तुसीं इधर ध्यान दो, जिहड़ा पैसा तुसीं उह अंबैसियां च दे रहे हो इत्थे अपने बिजनेस ते लाओ, सब कुछ हैगा है। बड़ी खुशी की गल है कि साढ़े बटाले नूं भी एक ऐसी सौगात मिली है। जो टेस्ट असी नॉर्मल लैके चलते रेस्टोरेंट के, सानू हर चीज़ परफेक्ट मिल गया, क्योंकि मैं भी आंदा जाता रेस्टोरेंट के, जिदा कि तुम आवे सदो सॉसेस की गल करिए, मतलब जो आप रेस्टोरेंट के बह के वेख देना अजू वो स्ट्रीट फूड के मिले। सर्विस भी ठीक ठाक है सर, अजय फर्स्ट डे है साडा इन्हों का, और मतलब थोड़ा बहुत उन्नीकी होंगे वा, बट फिर भी ओवरऑल बहुत वधिया। सो ये कोई पहली तस्वीर नहीं है, इस तो पहला भी बहुत सारिया अजिहियां खबरां सामने आउंदियां ने जदों नौजवान अपने माँ बाप का ਅਤੇ ਆਪਣੇ ਦੇਸ਼ ਦਾ ਤੇ ਆਪਣੇ ਸ਼ਹਿਰ ਦਾ ਇੱਕ ਵਿਲੱਖਣ ਤਰੀਕੇ ਦੇ ਨਾਲ ਨਾਮ ਰੋਸ਼ਨ ਕਰਦੇ ਨੇ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ।